ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਮੇਰੇ ਭਰਾਵਾਂ ਦਾ ਜੀ ਤੇ ਅੱਜ ਦੀ ਆਪਣੀ ਵੀਡੀਓ ਪਾਉਣ ਦਾ ਮਕਸਦ ਇਹ ਆ ਜੀ ਸਭ ਤੋਂ ਪਹਿਲਾਂ ਤਾਂ ਬਾਈ ਦੀ ਵਰਸ਼ੀ ਆ ਜੀ 19 ਤਰੀਕ ਦੀ ਕਿਉਂ 19 ਮਾਰਚ ਦੀ ਜਿੰਨੇ ਵੀ ਭਰਾ ਵੀਡੀਓ ਦੇਖਦੇ ਆ ਜਿੰਨੇ ਵੀ ਭਰਾ ਬਾਈ ਸਿੱਧੂ ਨੂੰ ਪ੍ਰੇਮ ਕਰਦੇ ਸੀ ਭੈਣਾ ਭਰਾ ਵੀਰ ਬਜ਼ੁਰਗ ਬੱਚੇ ਵੱਦ ਤੋਂ ਵੱਧ ਉੱਥੇ ਪਹੁੰਚੋ ਜੀ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਹੁਣ ਗੱਲ ਕਰਦੇ ਆ ਜੀ ਲੋਰਿਸ਼ ਬਿਸ਼ਨੋਈ ਦੀ ਪਰਸੋਂ ਚੌਥੇ ਇੱਕ ਵੀਡੀਓ ਵਾਇਰਲ ਹੋਈ ਆ ਇੰਟਰਵਿਊ ਵਾਇਰਲ ਹੋਈ ਆ ਠੀਕ ਆ ਤੇ ਏਪੀ ਏਪੀਬੀ ਨਿਊਜ਼ ਤੇ ਉਹ ਵਾਇਰਲ ਹੋਈ ਆ ਠੀਕ ਆ ਉਹ ਵੀ ਸੁਣੀ ਆ ਧਿਆਨ ਨਾਲ ਸੁਣੀ ਆ ਤੇ ਕੁਝ ਕੁ ਗੱਲਾਂ ਨੇ ਜੋ ਉਹਦੇ ਵਿੱਚ ਬਿਸ਼ਨੋਵੀ ਕਰ ਰਿਹਾ ਹੈਗਾ ਠੀਕ ਆ ਨਾ ਜੀ ਅੱਜ ਉਹਨਾਂ ਵਾਰੀ ਆਪਾਂ ਗੱਲਬਾਤ ਕਰਾਂਗੇ ਠੀਕ ਆ ਉਹੀ ਕਰਨੀਆਂ ਜੱਜ ਕੇ ਕਰਨੀਆਂ ਜੇ ਵੀਡੀਓ ਦੇਖੀ ਤਾਂ ਪੂਰੀ ਵੇਖਿਓ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਜਿਹੜਾ ਸਿੱਧੂ ਦਾ ਮਰਡਰ ਹੋਇਆ ਨਾ ਇਹ ਕੋਈ ਛੋਟਾ ਮੋਟਾ ਮਾਰਡਰ ਨਹੀਂ ਹੋਇਆ ਬਹੁਤ ਵੱਡਾ ਮਾਰਡਰ ਹੋਇਆ ਏਜੰਸੀਆਂ ਦੇ ਨਾਲ ਗੈਂਗਸਟਰਾਂ ਨੇ ਮਿਲ ਕੇ ਕਰਿਆ ਕੋਈ ਕੱਲਾ ਏਦਾਂ ਨਹੀਂ ਵੀ ਕੱਲਾ ਇਹਨਾਂ ਨੇ ਗੈਂਗਸਟਰਾਂ ਨੇ ਉਹ ਮਾਰਤਾ ਕਿਉਂਕਿ ਇਹਨਾਂ ਦੇ ਵਿੱਚ ਏਜੰਸੀਆਂ ਦਾ ਵੀ ਹੱਥ ਆ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਬਾਈ ਦਾ ਐਸਵਾਈਐਲ Song ਆਇਆ ਸੀ ਠੀਕ ਆ ਐਸਵਾਈਐਲ Song ਦੇ ਵਿੱਚ ਦੇਖੋ ਵੀ ਇੰਡੀਆ ਦੇ ਵਿੱਚ ਉਹ ਬੈਨ ਵੀ ਕਰ ਦਿੱਤਾ ਗਿਆ ਪੂਰਨ ਤੌਰ ਤੇ ਬੰਦ ਵੀ ਕਰ ਦਿੱਤਾ ਗਿਆ ਹੈ ਉਹ Song ਏਜੰਸੀਆਂ ਦੇ ਕੋਲੇ ਪਹਿਲਾਂ ਹੀ ਪੁੱਜ ਗਿਆ ਸੀ ਸੋ ਨੂੰ ਐਂਡ ਤੱਕ ਮੈਂ ਇਸੀ ਗੱਲਾਂ 'ਤੇ ਲੈ ਕੇ ਚੱਲੂ ਜਿਹੜਾ ਸਵਾਰਾ ਸਪਸ਼ਟ ਕਰਨ ਦਊਗਾ ਉਹ Song ਏਜੰਸੀਆਂ ਕੋਲੇ ਪਹਿਲਾਂ ਹੀ ਪੁੱਜ ਗਿਆ ਸੀ ਗੀਤ ਲੀਕ ਹੋਇਆ ਉਹਨਾਂ ਨੇ ਸੁਣਿਆ ਉਹ ਏਜੰਸੀਆਂ ਨੂੰ ਇੱਥੋਂ ਤੱਕ ਦਿਮਾਗ ਸ਼ੌਕ ਹੋਇਆ ਵੀ ਇਹ ਬੰਦੇ ਨੇ ਉਧਰੋਂ ਮੁੜ ਕੇ ਇੱਧਰ ਨੂੰ ਆਪਣਾ ਮੂੰਹ ਕਰ ਲਿਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬੰਦਾ ਪੰਜਾਬ ਖਾਤਰ ਪ੍ਰਚਾਰ ਕਰ ਸਕਦਾ ਜਾਂ ਪੰਜਾਬ ਖਾਤਰ ਇਦਾਂ ਕਰ ਸਕਦਾ ਜਾਂ ਸਿੱਖਾਂ ਖਾਤਰ ਇਹ ਬੋਲ ਸਕਦਾ ਤੇ ਇਹਨਾਂ ਨੇ ਉਹ ਗਾਣਾ ਸੁਣ ਕੇ ਇਹਨਾਂ ਦੇ ਹੋਸ਼ ਛੁੱਡੇ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਰਾ ਏਜੰਸੀਆਂ ਨਾਲ ਮਿਲ ਕੇ ਲਾਰਸ ਵਰਗਿਆਂ ਨਾਲ ਗੋਲਡੀ ਬਰਾੜ ਨਾਲ ਮਿਲ ਕੇ ਇਹਨਾਂ ਦਾ ਕਤਲ ਕਰਾਇਆ ਠੀਕ ਆ ਦੇਖੋ ਲਾਰਸ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਲਾਰਸ ਬੋਲ ਰਿਹਾ ਵੀ ਖਾਲਿਸਤਾਨ ਦੇ ਮੈਂ ਖਿਲਾਫ ਹਾਂ ਮੈਂ ਖਿਲਾਫ ਹਾਂ ਮੈਂ ਖਿਲਾਫ ਉਹ ਬੰਦੇ ਦੇ ਝੂਠ ਪੜਿਓ ਏਜੰਸੀਆਂ ਨੇ ਕਹਿ ਕੇ ਉਹਨਾਂ ਤੋਂ ਬੁਲਾਇਆ ਗਿਆਗਾ ਕੋਈ ਇਦਾਂ ਨਹੀਂ ਵੀ ਉਹ ਬੰਦਾ ਪਹਿਲਾਂ ਸੰਤ ਜਰਨੈਲ ਸਿੰਘ ਪਿੰਡਰਾਣਾ ਦੀ ਫੋਟੋ ਦੀ ਟੀ-ਸ਼ਰਟ ਪਾਉਂਦਾ ਰਿਹਾ ਉਹਦੀ ਬੈਰਲ ਹੋਈ ਹੋਈਆਂ ਨੇ ਫੋਟੋਆਂ ਤੇ ਅੱਜ ਉਹ ਬੰਦਾ ਕਹਿ ਰਿਹਾਗਾ ਸ਼ਰਿਆਵ ਵੀ ਮੈਂ ਖਾਲਿਸਤਾਨ ਦੇ ਵਿਰੁੱਧਾਂ ਮੈਂ ਖਾਲਿਸਤਾਨ ਦੇ ਵਿਰੁੱਧ ਨਾ ਜਾਂ ਮੈਂ ਇਦਾਂ ਵਿਰੁੱਧਾਂ ਇਹ ਏਜੰਸੀਆਂ ਨੇ ਕਰਵਾਇਆ ਇਸ ਟਾਈਮ ਉਹ ਸਾਰੇ ਏਜੰਸੀਆਂ ਦੇ ਥੱਲੇ ਕੰਮ ਕਰ ਰਹੇ ਸਰਕਾਰਾਂ ਦੇ ਥੱਲੇ ਕੰਮ ਕਰ ਰਹੇ ਕਿਉਂਕਿ ਜਿਹੜਾ ਬੰਦਾ ਇੱਕ ਦਿਨ 30 ਸ਼ਰਟਾਂ ਪਾ ਕੇ ਟੱਪਦਾ ਸੀ ਤੇ ਅੱਜ ਉਹ ਉਹਦੇ ਖਿਲਾਫ ਬੋਲ ਰਿਹਾ ਐਦੂ ਵੱਡਾ ਪ੍ਰੂਫ ਆਪਾਂ ਨੂੰ ਕੋਈ ਨਹੀਂ ਚਾਹੀਦਾ ਵੀ ਇਹ ਏਜੰਸੀਆਂ ਦੇ ਥੱਲੇ ਨੇ ਏਜੰਸੀਆਂ ਨਾਲ ਲੱਗ ਕੇ ਇਹਨਾਂ ਨੇ ਸਿੱਧੂ ਦਾ ਕਤਲ ਕਰਵਾਇਆ ਖੁੰਦਕ ਸਿੱਧੂ ਨਾਲ ਇਹਨਾਂ ਦੀ ਇਹ ਸੀ ਉਹ ਕਹਿ ਰਿਹਾ ਸੀ ਵਾਰ-ਵਾਰ ਉਸ ਟੀਜਾਂ ਦੇ ਥਾਪੀਆਂ ਮਾਰਦਾ ਸੀ ਇਹਨਾਂ ਨੂੰ ਇਹੀ ਚੁਬਦੀਆਂ ਸੀ ਇਹ ਥਾਪੀਆਂ ਚੁਬਦੀਆਂ ਸੀ ਸਿੱਧੂ ਦੀਆਂ ਜਿਹੜੀਆਂ ਉਂਗਲ ਖੜੀ ਕਰਨ ਦੇ ਥਾਪੀ ਮਾਰਨੀ ਇਹ ਚੁਬਦੀ ਸੀ ਕਿਉਂਕਿ ਉਹ ਕਹਿੰਦੇ ਸੀ ਵੀ ਸਾਡੇ ਥੱਲੇ ਲੱਗ ਤੇ ਇਹ ਜੱਟ ਲੱਗਿਆ ਨਹੀਂ ਇਹ ਥਾਪੀਆਂ ਚੁਬਦੀਆਂ ਰਹੀਆਂ ਇਹਨਾਂ ਨੂੰ ਹਮੇਸ਼ਾ ਠੀਕ ਆ ਫਿਰ ਉਹਨੇ ਲੋਰਚ ਨੇ ਕਿਹਾ ਵੀ ਦੋ ਬੰਦੇ ਇੱਕ ਸਲਮਾਨ ਖਾਨ ਤੇ ਇੱਕ ਸਿੱਧੂ ਮੂਸੇ ਵਾਲਾ ਦੋ ਬੰਦੇ ਲੈ ਲਈ ਇੱਕ Hindu ਇੱਕ ਸਿੱਖ ਕਲਾਕਾਰ ਕੋਈ ਹੋਰ ਹੈ ਨਹੀਂ Hindu ਧਰਮ ਦੇ ਕਲਾਕਾਰ ਹੈ ਨਹੀਂ ਜਾਂ ਕੋਈ ਮੌਨਿਕ ਕਲਾਕਾਰ ਹੈ ਨਹੀਂ ਉਹਨਾਂ ਦੇ ਵਿਰੁੱਧ ਕਦੀ ਬੋਲੇ ਆ ਇਹ ਕਹਿ ਰਹੇ ਆ ਵੀ ਸੁਲਮਾਨ ਖਾਨ ਨੇ ਹਿਰਨ ਮਾਰੀ ਅਸੀਂ ਮਾਰਨੀ ਜਾਂਦੇ ਯਾਰ ਚਲੋ ਬਹੁਤ ਮਾੜੀ ਗੱਲ ਆ ਜਾਨਵਰ ਮਾਰਨਾ ਮਾੜੀ ਗੱਲ ਆ ਜਾਨਵਰ ਬਹੁਤ ਮਾੜੀ ਗੱਲ ਆ ਜਾਨਵਰ ਮਾਰਨਾ ਪਰ ਜਿਹੜਾ ਤੁਸੀਂ ਬੰਦਾ ਮਾਰਦੇ ਹੋ ਯਾਰ ਇਹਦਾ ਪਾਪ ਕਿੱਥੇ ਦੋਗੇ ਯਾਰ ਪਰ ਹਿਰਨ ਦੇ ਮੁਕਾਬਲੇ ਇੱਕ ਬੰਦੇ ਦੀ ਕਦਰ ਘਟ ਗਈ ਜਿਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਬੰਦੇ ਦੀ ਕਦਰ ਕਦਰ ਘਟ ਗਈ ਯਾਰ ਸਾਰਾ ਵੀ ਜਿਹੜੀ ਇੰਟਰਵਿਊ ਕਰੀਆ ਸਭ ਤੋਂ ਲੱਖ ਲਾਂ ਤਾਂ ਤਾਂ ਇਹ ਆ ਵੀ ਇੱਕ ਗੈਂਗਸਟਰ ਦੀ ਇੰਟਰਵਿਊ ਬੈਠੇ ਦੀ ਵਿੱਚ ਕਰਤੀ ਠੀਕ ਆ ਜਿਹੜੇ ਬੰਦੀ ਸਿੰਘ ਬੈਠੇ ਆ ਕੱਤੀ ਬੰਦੀ ਸਿੰਘ ਬੰਦੀ ਸਿੰਘ ਨੇ ਉਹਨਾਂ ਨੂੰ ਰਿਆ ਨਹੀਂ ਕੀਤਾ ਗਿਆ ਉਹਨਾਂ ਦੀ ਅੱਜ ਤੱਕ ਕਿਸੇ ਨੇ ਇੰਟਰਵਿਊ ਨਹੀਂ ਚਲਾਈ ਕਿਉਂਕਿ ਉਹ ਏਜੰਸੀਆਂ ਦੇ ਥੱਲੇ ਨਹੀਂ ਕੰਮ ਕਰਦੇ ਤਾਂ ਨਹੀਂ ਚਲਾਈ ਉਹ ਸਰਕਾਰਾਂ ਥੱਲੇ ਗੋਡੇ ਨਹੀਂ ਟੇਕਦੇ ਤਾਂ ਨਹੀਂ ਚਲਾਈ ਇਹਨਾਂ ਦੀ ਕਿਉਂ ਜਲਾਈ ਕਿਉਂਕਿ ਇਹ ਸਰਕਾਰਾਂ ਦੇ ਦੱਲੇ ਆ ਫਿਰ ਕਹਿ ਰਿਹਾ ਇੱਕ ਸੋਨੂੰ ਕਹਿ ਰਿਹਾ ਵੀ ਵੀਡੀਓ ਜੀ ਅਸੀਂ ਕਿਸੇ ਤੋਂ ਫਰੋਤੀ ਨਹੀਂ ਮੰਗੀ ਫਰੋਤੀ ਨਹੀਂ ਮੰਗੀ ਜਦੋਂ ਉਹ ਬੰਦੇ ਉਹ ਪਟਿਆਲ ਨੇ ਸਵਾਲ ਪੁੱਛਿਆ ਉਹਨੂੰ ਵੀ ਤੁਸੀਂ ਫਰੋਤੀ ਕਹਿੰਦਾ ਹਾਂ ਜੀ ਅਸੀਂ ਬਿਆਰ ਚ ਜੋ ਬਿਆਰ ਗੁਜਰਾਤ ਚ ਸ਼ਰਾਬ ਵਿਕਦੀ ਹੈ ਉੱਥੋਂ ਅਸੀਂ ਫਰੋਤੀ ਲੈਤੀ ਆ ਸਿੱਧੂ ਨੂੰ ਮਾਰਨ ਖਾਤਰ ਆਸਰਾ ਮੰਗਾਉਣ ਖਾਤਰ ਜਿਹੜੀ ਅਸੀਂ ਉੱਥੋਂ ਫਰੋਤੀ ਲੈਤੀ ਆ ਤੇ ਫਿਰ ਦੂਜੇ ਨੰਬਰ ਤੇ ਕਹਿ ਰਿਹਾ ਅਜੇ ਤਾਂ 5-6 ਸਾਲ ਹੋ ਗਏ ਅਸੀਂ ਫਰੋਤੀ ਲੈਤੀ ਨਹੀਂ ਨਾਲੇ ਆਪ ਤਾਂ ਉਸ ਵੀਡੀਓ ਚ ਮੰਨ ਰਿਆ ਵੀ ਹਾਂ ਅਸੀਂ ਫਰੋਤੀ ਗੁਜਰਾਤ ਜਾਂ ਬਿਹਾਰ ਚੋਂ ਲੈਤੀ ਆ ਠੀਕ ਆ ਫਿਰ ਉਹ ਉਸ 1 ਮਿੰਟ ਦੀ ਵੀਡੀਓ ਦੇਖ ਲਓ 1 ਮਿੰਟ ਦੀ ਵੀਡੀਓ ਵਿੱਚ ਕਹਿ ਰਿਆ ਵੀ ਅਸੀਂ ਤਾਂ ਫਰੋਤੀ ਕਿਸੇ ਤੋਂ ਮੰਗੀ ਨਹੀਂ ਯਾਰ ਇਹਨਾਂ ਝੂਠੇ ਬੰਦਿਆਂ ਤੇ ਕੀ ਇਤਬਾਰ ਕਰਨਾ ਜਿਹੜੇ ਬੰਦੇ ਦੇਖੋ ਕੋਈ ਵੀ ਬੰਦਾ ਕੰਮ ਕਰਦਾ ਨਾ ਕਿ ਕੋਈ ਵੀ ਉਤਲੇ ਲੈਵਲ ਤੇ ਜਾਂਦਾ ਆਪਦਾ ਰੁਤਬਾ ਕਾਇਮ ਕਰਦਾ ਉਹਨੂੰ ਬੜੇ ਸਟਰਗਲ ਕਰਨੇ ਪੈਂਦੇ ਆ ਜ਼ਿੰਦਗੀ ਦੇ ਵਿੱਚ ਇਦਾਂ ਨਹੀਂ ਵੀ ਸੌਖਾ ਮਿਲ ਜਾਂਦਾਗਾ ਇਹਨਾਂ ਨੇ ਹਰ ਇੱਕ ਬੰਦੇ ਤੋਂ ਫਰੋਤੀ ਮੰਗਦੀ ਐ ਕੀ ਤੋਂ ਨਹੀਂ ਮੰਗਦੀ ਜਿੰਨਾ ਵੀ ਉਹ ਬੋਲਿਆ ਨਾ ਉਹਨੇ ਉਹ ਸਾਰਾ ਮੂਰੇ ਲੱਗਿਆ ਹੋਇਆ ਸੀ ਪੋਸਟਰ ਤੇ ਵੀ ਤੂੰ ਆ ਬੋਲਣਾ ਬੁਲਾਇਆ ਕੀ ਨੇ ਸਰਕਾਰਾਂ ਦੇ ਅੰਜਮਸੀਆਂ ਨੇ ਫਿਰ ਬਰਸੀ ਤੋਂ ਤਿੰਨ ਦਿਨ ਚਾਰ ਦਿਨ ਪੰਜ ਦਿਨ ਵੀਡੀਓ ਫਾਰਮ ਦੀ ਪਹਿਲਾਂ ਕੀ ਸੀ ਕਿਉਂਕਿ ਲੋਕਾਂ ਦਾ ਇਹਨਾਂ ਨੇ ਮਾਈਂਡ ਵਾਸ਼ ਕਰਨਾ ਪੀਆਰ ਸਿੱਧੂ ਤਾਂ ਇਹ ਸੀ ਇਦਾਂ ਸੀ ਉਹਦਾ ਗੈਂਗਸਟਰਾਂ ਨਾਲ ਹੱਥ ਸੀ ਜਾਂ ਸੀ ਯਾਰ ਉਹ ਨੂੰ ਗੈਂਗਸਟਰਾਂ ਨਾਲ ਨੇ ਕੀ ਰੋਲ ਸੀ ਇੱਕ ਆਮ ਇਨਸਾਨ ਸੀ ਯਾਰ ਇੱਕ ਆਮ ਲੋਕਾਂ ਵਾਂਗੂ ਰਹਿਣਾ ਚਾਹੁੰਦਾ ਸੀ ਜੇ ਗੈਂਗਸਟਰਾਂ ਦੇ ਵਿੱਚ ਉਹਦਾ ਕੋਈ ਹੱਥ ਜਾਂ ਕੱਲਾ ਹੁੰਦਾ ਨਾ ਤੇ ਉਹ ਫਿਰ ਕੱਲਾ ਨਹੀਂ ਘੁੰਮਦਾ ਸੀ ਗੱਡੀ ਦੇ ਵਿੱਚ ਜੇ ਉਹਦਾ ਰਤਬਾ ਹੁੰਦਾ ਨਾ ਜੇ ਉਹ ਸੌਰੀ ਜੇ ਉਹ ਉਹਦਾ ਕੋਈ ਵਿੱਚ ਹੁੰਦਾ ਨਾ ਵੀ ਮੇਰਾ ਹਿੱਸਾ ਪਤੀ ਗੈਂਗਸਟਰਾਂ ਨਾਲ ਕੱਲਾ ਨਹੀਂ ਘੁੰਮਦਾ ਸੀ 50 50 ਬੰਦੇ ਨਾਲ ਹੋਣੀ ਸੀ ਉਹ ਤੇ ਕਾਮ ਇਨਸਾਨ ਵਾਂਗੂ ਜੀਣਾ ਚਾਹੁੰਦਾ ਸੀ ਇਹ ਕਹਿੰਦੇ ਜੀ ਮਿੱਡੂ ਖੇੜੀ ਦੀ ਗੱਲ ਕਰ ਲੈਂਦੇ ਆ ਗਰ ਲਾਲ ਬਰਾੜ ਦੀ ਕਾ ਦੋ ਵਾਰੀ ਘਰੇ ਜਾ ਕੇ ਆਏ ਮਿੱਡੂ ਖੇੜੇ ਦੇ ਬਾਈ ਆ ਸਰਪੰਚ ਸਾਹਿਬ ਵੀ ਕਹਿੰਦੇ ਦੋ ਵਾਰੀ ਘਰੇ ਬੈ ਕੇ ਆਏ ਨੇ ਗੱਲਬਾਤ ਕਰਕੇ ਆਏ ਆ ਜਿਹੜਾ ਯਾਰ ਕਿਸੇ ਨੂੰ ਮਰਵਾਉ ਉਹਦੇ ਘਰੇ ਥੋੜੀ ਜਾਊਗਾ ਤੁਸੀਂ ਤਾਂ ਖਾ ਮਖਾਈ ਨੂੰ ਬਦਨਾਮ ਕਰ ਰਹੇ ਹੋ ਹੁਣ ਸਾਨੂੰ ਨੀਂਦ ਨਹੀਂ ਆਉਂਦੀ ਜੇਲਾਂ ਚ ਬੈਠਿਆਂ ਨੂੰ ਜਾਂ ਬਾਹਰ ਬੈਠਿਓ ਤੁਹਾਨੂੰ ਨੀਂਦ ਆਈ ਨਹੀਂ ਹੁੰਦੀ ਯਾਰ ਮਰ ਗਿਆ ਵੀ ਲੋਕ ਉਹਨਾਂ ਦੇ ਘਰ ਜਾਂਦੇ ਤੁਹਾਨੂੰ ਫੇਰ ਵੀ ਹਾਜਮ ਨਹੀਂ ਹੁੰਦੀਆਂ ਉਹ ਗੱਲਾਂ ਤੋ ਤੁਹਾਨੂੰ ਹਾਜਮ ਨਹੀਂ ਹੋ ਰਹੀਆਂ ਉਹ ਗੱਲਾਂ ਫੇਰ ਵੀ ਅਕੇ ਇੱਕ ਗੱਲ ਹੋਰ ਆ ਗਈ ਅਕੇ ਉਹ ਆਪਣੇ گاؤں ਸੇ ਹਾਰ ਗਿਆ ਆਪਣੇ گاؤں ਸੇ ਹਾਰ ਗਿਆ ਪਹਿਲੀ ਗੱਲ ਤਾਂ ਉਹਦਾ ਜਿਹੜਾ ਮੂਸਾ ਪਿੰਡਾ ਨਾਲ ਸਰਦੂਰਗੜ ਏਰੀਏ ਚ ਆ ਜਾਂਦਾ ਉਹਦੇ ਏਰੀਏ ਚ ਨਹੀਂ ਆਉਂਦਾ ਮਾਨਸਾ ਦੇ ਕਿਨਾਂ ਉਹ ਤਾਂ ਮੈਂ ਫਿਰ ਮੇਰੀ ਜਬਾਨ ਗੁੱਤੀ ਆ ਮੈਂ ਕਹਿ ਦਿੰਨਾ ਉਹ ਤਾਂ ਫਿਰ ਸਾਨੂੰ ਬੈਕਵਾਰਡ ਦਾ ਖਿਤਾਬ ਕੋ ਦਿੱਤਾ ਹੋਇਆਗਾ ਜੇ ਸਿੱਧੂ ਹਰਾਏ ਤਾਂ ਬੈਕਵਾਰਡ ਦਾ ਖਿਤਾਬ ਕੋ ਦਿੱਤਾ ਹੋਇਆ ਇਸੇ ਕਰਕੇ ਦਿੱਤਾ ਹੋਇਆ ਨਾ ਲੋਕਾਂ ਨੂੰ ਸੂਝ-ਬੂਝ ਨਹੀਂ ਹੈਗੀ ਨਾ ਜੇ ਸੂਝ-ਬੂਝ ਹੁੰਦੀ ਤਾਂ ਜਿਤਾ ਦੇਂਦੇ ਉਹਨਾਂ ਨੂੰ ਪੱਤੀ ਨਹੀਂ ਸੀ ਵੀ ਸਾਡੇ ਕੋਲੇ ਕਿਹੜਾ ਹੀਰਾਗਾ ਉਹਨਾਂ ਦੇ ਪਾ ਦਿੱਤਾ ਉਹੀ ਸਿੱਧੂ ਆ ਜਿਹੜਾ ਵੋਟਾਂ ਮੰਗਦਾ ਬਜ਼ਾਰਾਂ ਵਿੱਚ ਤੁਰੇ ਫਿਰਦਾ ਸੀਗਾ ਕਿ ਨਾ ਉਹਨੂੰ ਆਪਦੇ ਗਾਵਾਂ ਤੋਂ ਵੋਟਾਂ ਘੱਟ ਪਈਆਂ ਪਿੰਡ ਤੋਂ ਪਰ ਉਹਦਾ ਪਿੰਡ ਸਰਦੂਲਗੜ੍ਹ ਦੇ ਵਿੱਚ ਆ ਗਿਆ ਉਹਦਾ ਪਿੰਡ ਤਾਂ ਇੱਧਰ ਹੈ ਹੀ ਨਹੀਂ ਸੀਗਾ ਤੂੰ ਝੂਠ ਤੇ ਝੂਠ ਬੋਲੀ ਤੁਰੇ ਜਾਂਦਾ ਫਿਰ ਤੁਸੀਂ ਕਹਿੰਦੇ ਸੀ ਕਿਸੇ ਤੋਂ ਫਰੋਤੀਆਂ ਨਹੀਂ ਮੰਗਦੇ ਤੇ ਫਿਰ ਫੋਨ ਕਿਉਂ ਕਰਦੇ ਹੋ ਸਾਰਿਆਂ ਨੂੰ ਫਰੋਤੀਆਂ ਮੰਗਣ ਖਾਤਰ ਕਿਹੜਾ ਬੰਦਾ ਛੱਡਿਆ ਪੰਜਾਬ ਤੁਸੀਂ ਇਹ ਤੋਂ ਫਰੋਤੀਆਂ ਨਹੀਂ ਮੰਗਦੀ ਜਿਹੜਾ ਤੁਹਾਡੇ ਥੱਲੇ ਲੱਗ ਜਾਂਦਾ ਉਹ ਤਾਂ ਠੀਕ ਆ ਉਹਦੇ ਨਾਲ ਤਾਂ ਤੁਸੀਂ ਐ ਕਰੀਏ ਉਹਦੇ ਨਾਲ ਤਾਂ ਸੈਟਿੰਗ ਆ ਤੁਹਾਡੀ ਜਿਹੜਾ ਤੁਹਾਡੇ ਮੂਹਰੇ ਬੋਲਦਾ ਤੇ ਭਾਈ ਉਹਨੂੰ ਫਿਰ ਤੂੰ ਜਿੱਤ ਦਈਂ ਇਹ ਹੁਣ ਜਿਹੜੇ ਗੈਂਗਸਟਰ ਹਨਾ ਲੋਰਡ ਛਾ ਗਿਆ ਗੁਰਲਾਲ ਬਰੋੜਾ ਆ ਗਏ ਇਹ ਇਕੱਲੇ ਗੈਂਗਸਟਰ ਨਹੀਂ ਰਹਿ ਇਹ ਏਜੰਸੀਆਂ ਦੇ ਬੰਦੀ ਵੀ ਨਾਲ ਨੇ ਕਿਉਂਕਿ ਏਜੰਸੀਆਂ ਇਹਨਾਂ ਤੋਂ ਕੰਮ ਕਰਾਉਂਦੀਆਂ ਗਿਆ ਸਾਰੀਆਂ ਟਾਈਮ ਸੋਡਾ ਵੀ ਦੂਰ ਨਹੀਂ ਜਿੱਦੇ ਸਾਨੂੰ ਇਹ ਏਜੰਸੀਆਂ ਠੋਕਣੀਆਂ ਇਹ ਵੀ ਗੱਲ ਯਾਦ ਰੱਖਿਓ ਜੋ ਫਿਲਮਾਂ 'ਚ ਹੁੰਦਾ ਸੋਡੇ ਨਾਲ ਹੋਣੀ ਉਹ ਆ ਇੱਕ ਪਾਸੇ ਤਾਂ ਤੂੰ ਕਹਿ ਰਿਹਾ ਵੀ ਝੂਠ ਝੂਠ ਬੋਲ ਰਿਹਾ ਇੱਕ ਪਾਸੇ ਤਾਂ ਕਹਿ ਰਿਹਾ ਵੀ ਮੈਨੂੰ ਤਾਂ ਪਤਾ ਨਹੀਂ ਸੀ ਵੀ ਉਹਦਾ ਸਿੱਧੂ ਦਾ ਕਤਲ ਹੋ ਗਿਆ ਦੂਜੇ ਪਾਸੇ ਤੂੰ ਵੀਡੀਓ 'ਚ ਉਸੇ ਜੀ ਕਹਿ ਰਿਹਾ ਵੀ ਮੈਂ ਹਸਲਾ ਮੰਗਵਾ ਕੇ ਦਿੱਤਾ ਸੀ ਯੂਪੀ ਤੋਂ ਫਲਾਣੇ ਬੰਦੇ ਤੋਂ ਯਾਰ ਇੱਕ ਪਾਸੇ ਤਾਂ ਉਹ ਕਹਿ ਖੜ ਜਾਣਾ ਜਦ ਤੱਕ ਜਦ ਤੱਕ ਦੱਲਾ ਨਾ ਬਣ ਤਾਂ じゃ ਕਹਿ ਵੀ ਮੈਂ ਮਾਰਿਆ ਨਾਲੇ ਤਾਂ ਕਹਿੰਦੇ ਨਾ ਲਾਉਰੈਂਸ ਨਾ ਇਹ ਕਰਤਾ ਉਹ ਸੌਰੀ ਗੁਰਲਾਲ ਬਰਾੜ ਨੇ ਇਹ ਕਰਤਾ ਮੈਨੂੰ ਤਾਂ ਪਤਾ ਨਹੀਂ ਨਾਲੇ ਕਹਿੰਦਾ ਮੈਨੂੰ ਪਤਾ ਫਿਰ ਇਹ ਇਹ ਹਿੰਦੂ ਧਰਮ ਹਿੰਦੂ ਧਰਮ ਦੇ ਵਿੱਚ ਜਗ੍ਹਾ ਬਣਾਉਣਾ ਚਾਹੁੰਦਾ ਦੇਖੋ ਸਿੱਖ ਹਿੰਦੂ ਅਸਾਈ ਮੁਸਲਮਾਨ ਸਾਰੇ ਧਰਮ ਇਕੱਠੇ ਆਪੇ ਹਿੰਦੁਸਤਾਨ ਪੰਜਾਬ ਸਾਰੇ ਇਕੱਠੇ ਹੋ ਕੇ ਰਹਿ ਰਹੇ ਆ ਇਹ ਸਰ ਅਕੇ ਮੈਂ ਬਾਹਰ ਨਿਕਲ ਕੇ ਗਾਈਆਂ ਦੀ ਸੇਵਾ ਕਰ ਰਹੀ ਹਾਂ ਤੂੰ ਗਾਈਆਂ ਦੀ ਲੱਖ ਸੇਵਾ ਕਰ ਲੈ ਯਾਰ ਪਰ ਬੰਦਾ ਮਾਰੇ ਦਾ ਪਾਪ ਕਿੱਥੇ ਦਊਂਗਾ ਤੁਸੀਂ ਬੰਦਾ ਮਾਰੇ ਦਾ ਪਾਪ ਕਿ ਜ਼ਿੰਦਗੀ 'ਚ ਦੇ ਸਕਦੇ ਹੋ ਤੁਸੀਂ ਤੁਸੀਂ ਲੱਖ ਗਾਈਆਂ ਦੀ ਸੇਵਾ ਕਰ ਲੋ ਪਰ ਬੰਦੇ ਮਾਰਦਾ ਪਾਪ ਨਹੀਂ ਕਦੀ ਦੇ ਸਕਦੀ ਤੁਸੀਂ ਇੱਕ ਉਹ ਬੰਦਾ ਮਾਰਿਆ ਜਿਹਦੇ ਨਾਲ ਸਾਰੇ ਪੰਜਾਬ ਨੂੰ ਜਿੱਥੋਂ ਤੱਕ ਸਿੱਖ ਪੰਜਾਬੀ ਰਹਿੰਦੇ ਨੇ ਉਹਨਾਂ ਨੂੰ ਘਾਟਾ ਪਿਆ ਕਿਉਂਕਿ ਉਹ ਬੰਦੇ ਨੇ ਕਦੇ ਅੱਜ ਤੱਕ ਔਰਤਾਂ ਤੇ ਜਾਂ ਨਸ਼ੇ ਦੇ ਗੀਤ ਨਹੀਂ ਗਾਇਆ ਸੀ ਫਿਰ ਇਹ ਕਹਿ ਰਿਹਾ ਜੀ ਇਹ ਕਿਸੇ ਨੂੰ ਕਿਸੇ ਨੂੰ ਕੀ ਦਾਨ ਕਰਦਾ ਸੀ ਤਾਂ ਕਰਦਾ ਸੀ ਦਾਨ ਕਰਦਾ ਸੀ ਉਹ ਪਰ ਉਹ ਇਹ ਨਹੀਂ ਕਹਿੰਦਾ ਸੀ ਮੈਂ ਫਲਾਨੇ ਨੂੰ ਦਾਨ ਦੇ ਆਇਆ ਉਹ ਲੋਕਾਂ ਜਿਵੇਂ ਲੋਕ ਵਿੱਚ ਦਿਖਾਉਂਦੇ ਨੇ ਨਾ ਵੱਡੇ ਕਲਾਕਾਰ ਵੀ ਅਸੀਂ ਕਿਸੇ ਨੂੰ ਪੈਨ ਦੇ ਦਤਾ ਤਾਂ ਅਸੀਂ ਫੋਟੋ ਪਾਦੀ ਉਹ ਦਿਖਾਉਂਦਾ ਨਹੀਂ ਸੀਗਾ ਉਹ ਦਾਨ ਕਰਦਾ ਸੀ ਸਮਾਜ ਸੇਵੀਆਂ ਨਾਲ ਵੀ ਜੁੜਦਾ ਸੀ ਪਰ ਕਿਸੇ ਨੂੰ ਦਿਖਾਉਂਦਾ ਨਹੀਂ ਸੀਗਾ ਉਹ ਸ਼ੋਅ ਨਹੀਂ ਕਰਦਾ ਸੀ ਕਿਉਂਕਿ ਉਹ ਗੁਪਤ ਦਿੰਦਾ ਸੀ ਇਹ ਥੋੜੀ ਜਿ ਕਿਸੇ ਨੂੰ ਕੋਈ ਇੱਕ ਕਮਰਾ ਪਵਾ ਕੇ ਦੇਤਾ ਤਾਂ ਫਲਾਨੇ ਨੇ ਪਵਾ ਕੇ ਦਿੱਤੇ ਇਹ ਥੋੜੀ ਯਾਰ ਉਹ ਕਰਦਾ ਸੀ ਉਹ ਚ ਇਨਸਾਨੀਅਤ ਸੀ ਉਹ ਸਾਣ ਨਹੀਂ ਕਰਾਉਂਦਾ ਸੀ ਵੀ ਮੈਂ ਤੈਨੂੰ ਆਹ ਦੇ ਦਾਂ ਤੇ ਮੈਂ ਤੇਰੀ ਵੀਡੀਓ ਪਾਉਂ ਉਹ ਇਦਾਂ ਦਾ ਲੋਕ ਸੀ ਕਦੇ ਉਹਨੇ ਨਸ਼ਾ ਨੂੰ ਅਕੇ ਨਸ਼ੇ 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 ਅੱਜ ਤੱਕ ਉਹ ਬੰਦੇ ਨੇ ਆਪ ਨਸ਼ਾ ਨਹੀਂ ਕੀਤਾ ਤੇ ਉਹ ਕਿਸੇ ਨੂੰ ਕੀ ਪ੍ਰਮੋਟ ਕਰੂਗਾ ਕੀ ਕਹੂਗਾ ਕਿ ਉਹਦਾ ਨਸ਼ਾ ਖਿਲਾਫ ਬੋਲੇ ਇਦਾਂ ਬੋਲੇ ਅੱਜ ਤੋਂ 2-4 ਸਾਲ ਪਹਿਲਾਂ ਤੂੰ ਪਿੱਟੀ ਸ਼ਰਟਾਂ ਪਾ ਕੇ ਕਹਿੰਦੇ ਅੱਜ ਤੂੰ ਖਿਲਾਫ ਬੋਲਦਾਂਗਾ ਤੇ ਹੋਰ ਏਜੰਸੀਆਂ ਦਾ ਕੰਮ ਆਏ ਏਜੰਸੀਆਂ ਨਹੀਂ ਕਰਵਾਇਆ ਤੇ ਹੁਣ ਵੀ ਏਜੰਸੀਆਂ ਨਹੀਂ ਲਾਈਵ ਬਹਿ ਕੇ ਇੰਟਰਵਿਊ ਕਰਾਈ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਯਾਰ ਜੇਲ੍ਹ ਦੇ ਵਿੱਚ ਫੋਨ ਤਾਂ ਜਾ ਹੀ ਨਹੀਂ ਸਕਦਾ ਤੇ ਇਹ ਪੱਤਰਕਾਰ ਉਹਨਾਂ ਗੱਲਾਂ ਕਰਦੇ ਆ ਚੈਨਲਾਂ 'ਆ ਨਾਲ ਬਹਿ ਕੇ ਗੱਲਾਂ ਕਰਦੇ ਆ ਸਿੱਧੂ ਦੀ ਵਰਸ ਹੀ ਪਾਉਣ ਤੋਂ ਮਤ ਪਹਿਲਾਂ ਵੀਡੀਓ ਪਾਉਣ ਦਾ ਮਤਲਬ ਲਈ ਵੀ ਲੋਕਾਂ ਦੇ ਦਿਮਾਗ ਨੂੰ ਵਾਸ਼ ਕਰੀਏ ਵੀ ਦੋ ਚਿਹਰੇ ਬਣਾ ਲੀਏ ਸਿੱਧੂ ਇਦਾਂ ਦਾ ਸੀ ਇਹ ਘੱਟ ਨਹੀਂ ਘਟ ਸਕਦਾ ਇਹ ਇੰਨੀ ਹੋਣਾ ਇਤੋਂ ਜ਼ਿਆਦਾ ਹੋਣਾ ਕਿਉਂਕਿ ਹਰ ਐਤਵਾਰ ਛੱਡੋ ਹਰ ਦਿਨ ਸੱਤੇ ਦਿਨ ਲੋਕ ਮੂਸੇ ਜਾਂਦੇ ਆ ਤੂੰ ਕਹਿੰਦਾ ਉਹਦੀਆਂ ਫੋਟੋਆਂ ਨਾ ਜਦੋਂ ਫੋਟੋਆਂ ਖਿਚਾਈ ਜਾਂਦੇ ਆ ਯਾਰ ਉਹ ਤਾਂ ਰਤਵਾ ਸੀ ਉਹਨੇ ਰਤਵਾ ਬਣਾਇਆ ਤਾਂ ਖਾਉਂਦੇ ਆ ਉਹਨੇ ਦਲ ਬਣਾ ਨਹੀਂ ਕੀਤਾ ਉਹਨੇ ਕਿਸੇ ਦੇ ਧੀ ਪੁੱਤ ਨਹੀਂ ਮਰਵਾਏ ਉਹਨੇ ਰੋਟੀ ਲਾਏ ਆ ਉਹਨੇ ਇਹ ਜਿਹੇ ਲੋਕ ਥੱਲੋਂ ਚੱਕੇ ਆ ਜਿਹੜੇ ਬਣਾ ਨਹੀਂ ਲੈਣ ਚਾਹੁੰਦੇ ਇਹ ਜਿਹੇ ਲੋਕਾਂ ਨੂੰ ਲੋਹੇ ਨੂੰ ਫੜ ਕੇ ਸੋਨਾ ਬਣਾਇਆ ਜਿਨ੍ਹਾਂ ਦੀ ਤਕਦੀਰ ਬਦਲੀ ਆ ਉਹ ਬੰਦੇ ਆ ਸਭ ਕੋ ਜੋ ਝੂਠ ਤੇ ਝੂਠ ਝੂਠ ਤੇ ਝੂਠ ਇੰਟਰਵਿਊ ਦੇ ਵਿੱਚ ਜੋ ਕੁਝ ਉਹਨੂੰ ਕਿਹਾ ਗਿਆ ਤੇ ਉਹ ਬੋਲਿਆ ਉਹ ਤੁਹਾਡਾ ਕੰਮ ਮਰਵਾਉਣੀ ਆ ਤੁਸੀਂ ਕੋਈ ਸਮਾਸੀ ਵੀ ਨਹੀਂ ਬਣ ਜਾਓਗੇ ਤੁਸੀਂ ਗੈਂਗਸਟਰ ਹੋ ਗੈਂਗਸਟਰੀ ਰਹੋਗੇ ਤੁਸੀਂ ਲੋਕਾਂ ਦੇ ਪੁੱਤ ਮਾਰਨੇ ਪੁੱਤੀ ਮਾਰੋਗੇ ਲੋਕਾਂ ਦੇ ਤੁਸੀਂ ਕੁੱਖਾਂ ਝਾੜਨੇ ਕੁੱਖ ਹੀ ਝਾੜੋਗੇ ਤੁਸੀਂ ਲੋਕਾਂ ਦੇ ਘਰ ਪੱਟਨੇ ਘਰ ਹੀ ਪਟੋਗੇ ਮੈਂ ਅੱਜ ਤੱਕ ਕਿਤੇ ਬੋਲਿਆ ਨਹੀਂ ਸੀ ਪਰ ਅੱਜ ਬੋਲਿਆ ਕਿਉਂਕਿ ਤੇਰੀ ਇੰਟਰਵਿਊ ਆਈ ਆ ਤੇ ਤੂੰ ਇਹੀ ਕਿਹਾ ਜੀ ਸਿੱਧੂ ਵੀ ਇਦਾਂ ਸਿੱਧੂ ਵੀ ਇਦਾਂ ਸਿੱਧੂ ਵੀ ਇਦਾਂ ਮਰਨਾ ਸਭ ਨਹੀਂ ਇੱਕ ਦਿਨ ਆ ਬਾਈ ਉਹ ਮਰ ਗਿਆ ਉਹਨੂੰ ساری ਉਮਰ ਦੁਨੀਆ ਯਾਦ ਰੱਖੂਗੀ ਉਹਨੂੰ 3 2 ਸਾਲ ਦੇ ਬੱਚੇ ਤੋਂ ਲੈ ਕੇ 100 105 ਸਾਲ ਦੀ ਬਜ਼ੁਰਗ ਮਿਲਨਾਈ ਪਿੰਡ ਉਹਦੇ ਤੱਕ ਜਾਣਦੇ ਆ ਉਹਨੂੰ ਵੀ ਉਹੋ ਆ ਉਹਨੂੰ ਪਿਆਰ ਕਰਦੇ ਆ ਪਰ ਸੋਡੇ ਪ੍ਰਤੀ ਪੰਜਾਬ ਦੇ ਵਿੱਚ ਕਿ ਜਿੱਥੋਂ ਤੱਕ ਸਿੱਖ ਬਚਦੇ ਆ ਜਿੱਦ ਤੱਕ ਸਿੱਧੂ ਨੂੰ ਚਾਹਣ ਵਾਲੇ বাসਦੇ ਆ ਆਪਾਂ ਮਾ ਪੰਜਾਬ ਆਪਾਂ ਮਾ ਹਿੰਦੁਸਤਾਨ ਲਾਲੋ ਬਾਰੀਆਂ ਕੰਟਰੀਆਂ ਲਾ ਲਓ ਉਥੋਂ ਤੱਕ ਸਿੱਧੂ ਨੂੰ ਹਮੇਸ਼ਾ ਯਾਦ ਰੱਖਣੀ ਹੈ ਉਹ ਕਦੇ ਵੀ ਖਤਮ ਨਹੀਂ ਹੋ ਸਕਦਾ ਕਦੇ ਵੀ ਉਹ ਮੁੱਕ ਨਹੀਂ ਸਕਦਾ ਤੇ ਸੋਨੂ ਤੁਸੀਂ ਜਿਉਂਦੇ ਜੀ ਮੁੱਕਗੇ ਤੁਸੀਂ ਜਿਉਂਦੇ ਜੀ ਜੀਰੋ ਹੋਗੇ ਇਹ ਗੱਲ ਸਾਨੂੰ ਸਦਾ ਖੜਕਦੀ ਆ ਤੇ ਹੁਣ ਵੀ ਸਾਨੂੰ ਰੜਕਦੀ ਰਹਿਣੀ ਆ ਕਿਉਂਕਿ ਸਾਨੂੰ ਹੁਣ ਇਹੇ ਆ ਵੀ ਲੋਕ ਉਹਨੂੰ ਜਾਂਦੇ ਆ ਘਰੇ ਮਿਲਣ ਜਾਂਦੇ ਆ ਜਿੱਥੇ ਉਹਦਾ ਸੰਸਕਾਰ ਕੀਤਾ ਉੱਥੇ ਜਾਂਦੇ ਆ ਸਾਨੂੰ ਇਹ ਚੀਜ਼ਾਂ ਅੱਜ ਵੀ ਸਾਨੂੰ ਸੋਡੇ ਦਿਲ ਦੇ ਵਿੱਚ ਉਹਦੇ ਦਿਮਾਗ ਦੇ ਵਿੱਚ ਸੋਨੂੰ ਰਾਤ ਨੂੰ ਥੋੜੇ ਮਾਰ ਮਾਂ ਠਾਉਂਦੀਆਂ ਯਾਰ ਵੀ ਅਸੀਂ ਤਾਂ ਉਹਨੂੰ ਮਾਰ ਕੇ ਮਕਾ ਜਿਆ ਸੀ ਤੇ ਪਰ ਉਹ ਅੱਜ ਵੀ ਮੋਕਿਆ ਨਹੀਂ ਕਿਉਂਕਿ ਉਹ ਸਾਰੀ ਉਮਰ ਮੋਕਣਾ ਵੀ ਨਹੀਂ ਸੀ ਸੋਨੂੰ ਨੀਂਦ ਰਾਤ ਨੂੰ ਅੱਜ ਵੀ ਨਹੀਂ ਆਉਂਦੀ ਵੀ ਜਿਹੜੇ ਬੰਦੇ ਨੂੰ ਅਸੀਂ ਮਾਰਤਾ ਸੀ ਮਕਾਤਾ ਸੀ ਤੇ ਅੱਜ ਉਹ ਦੁੱਗਣਾ ਕਦ ਕਰ ਗਿਆ ਇਹ ਸਾਰੇ ਕਤਲ ਜਿਹੜਾ ਕਰਿਆ ਨਾ ਏਜੰਸੀਆਂ ਦੇ ਥਰੂ ਹੋਏ ਨੇ ਤੇ ਇਹਨਾਂ ਨੂੰ ਬਣਾਇਆ ਮੋਰਾ ਤੇ ਨਾਲ ਇਹ ਨੇ ਸਰਕਾਰ ਇਨਜਾਫ ਕਿਉਂ ਨਹੀਂ ਦੇ ਰਹੀ ਕਿਉਂਕਿ ਕੰਮ ਹੀ ਸਰਕਾਰਾਂ ਦੇ ਕਰਾਏ ਹੋਏ